T20 ਜਿੱਤਣ ਤੋਂ ਬਾਅਦ ਭਾਰਤੀ ਟੀਮ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚਿਆ, ਜਿਸ ਦੇ ਵਿੱਚ ਕਈ ਮਸ਼ਹੂਰ ਕ੍ਰਿਕਟ ਜਗਤ ਤੋਂ ਹਸਤੀਆਂ ਪਹੁੰਚੀਆਂ ਨੇ। ਦੱਸ ਦਈਏ ਕਿ ਜਿਸ ਦੇ ਵਿੱਚ ਕ੍ਰਿਕਟਰ ਹਾਰਦਿਕ ਪਾਂਡਿਆ, ਕਰੁਣਾਲ ਪਾਂਡਿਆ ਅਤੇ ਈਸ਼ਾਨ ਕਿਸ਼ਨ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉੱਥੇ ਦੂਜੇ ਪਾਸੇ ਭਾਰਤੀ ਕ੍ਰਿਕਟਰ ਸ਼੍ਰੇਯਸ ਅਈਅਰ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਏ। ਦੱਸ ਦਈਏ ਕਿ ਐਮ ਐਸ ਧੋਨੀ ਆਪਣੀ ਪਤਨੀ ਨਾਲ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉੱਥੇ ਦੂਜੇ ਪਾਸੇ ਕ੍ਰਿਕਟਰ ਸੂਰਿਆ ਕੁਮਾਰ ਯਾਦਵ ਆਪਣੀ ਪਤਨੀ ਦੇਵਿਸ਼ਾ ਸ਼ੈਟੀ ਦੇ ਨਾਲ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਪਹੁੰਚੇ। ਤਾਂ ਤੁਹਾਨੂੰ ਕਿਵੇਂ ਦੀ ਲੱਗੀ ਹੈ ਇਹਨਾਂ ਸਭ ਦੀ ਲੁਕਸ ਤਾਂ ਕਮੈਂਟ ਕਰਕੇ ਦੱਸੋ। T20 ਜਿੱਤਣ ਤੋਂ ਬਾਅਦ ਭਾਰਤੀ ਟੀਮ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚਿਆ, ਜਿਸ ਦੇ ਵਿੱਚ ਕਈ ਮਸ਼ਹੂਰ ਕ੍ਰਿਕਟ ਜਗਤ ਤੋਂ ਹਸਤੀਆਂ ਪਹੁੰਚੀਆਂ ਨੇ। ਦੱਸ ਦਈਏ ਕਿ ਜਿਸ ਦੇ ਵਿੱਚ ਕ੍ਰਿਕਟਰ ਹਾਰਦਿਕ ਪਾਂਡਿਆ, ਕਰੁਣਾਲ ਪਾਂਡਿਆ ਅਤੇ ਈਸ਼ਾਨ ਕਿਸ਼ਨ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉੱਥੇ ਦੂਜੇ ਪਾਸੇ ਭਾਰਤੀ ਕ੍ਰਿਕਟਰ ਸ਼੍ਰੇਯਸ ਅਈਅਰ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਏ। ਦੱਸ ਦਈਏ ਕਿ ਐਮ ਐਸ ਧੋਨੀ ਆਪਣੀ ਪਤਨੀ ਨਾਲ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉੱਥੇ ਦੂਜੇ ਪਾਸੇ ਕ੍ਰਿਕਟਰ ਸੂਰਿਆ ਕੁਮਾਰ ਯਾਦਵ ਆਪਣੀ ਪਤਨੀ ਦੇਵਿਸ਼ਾ ਸ਼ੈਟੀ ਦੇ ਨਾਲ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਪਹੁੰਚੇ। ਤਾਂ ਤੁਹਾਨੂੰ ਕਿਵੇਂ ਦੀ ਲੱਗੀ ਹੈ ਇਹਨਾਂ ਸਭ ਦੀ ਲੁਕਸ ਤਾਂ ਕਮੈਂਟ ਕਰਕੇ ਦੱਸੋ। T20 ਜਿੱਤਣ ਤੋਂ ਬਾਅਦ ਭਾਰਤੀ ਟੀਮ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚਿਆ, ਜਿਸ ਦੇ ਵਿੱਚ ਕਈ ਮਸ਼ਹੂਰ ਕ੍ਰਿਕਟ ਜਗਤ ਤੋਂ ਹਸਤੀਆਂ ਪਹੁੰਚੀਆਂ ਨੇ। ਦੱਸ ਦਈਏ ਕਿ ਜਿਸ ਦੇ ਵਿੱਚ ਕ੍ਰਿਕਟਰ ਹਾਰਦਿਕ ਪਾਂਡਿਆ, ਕਰੁਣਾਲ ਪਾਂਡਿਆ ਅਤੇ ਈਸ਼ਾਨ ਕਿਸ਼ਨ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉੱਥੇ ਦੂਜੇ ਪਾਸੇ ਭਾਰਤੀ ਕ੍ਰਿਕਟਰ ਸ਼੍ਰੇਯਸ ਅਈਅਰ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਏ। ਦੱਸ ਦਈਏ ਕਿ ਐਮ ਐਸ ਧੋਨੀ ਆਪਣੀ ਪਤਨੀ ਨਾਲ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉੱਥੇ ਦੂਜੇ ਪਾਸੇ ਕ੍ਰਿਕਟਰ ਸੂਰਿਆ ਕੁਮਾਰ ਯਾਦਵ ਆਪਣੀ ਪਤਨੀ ਦੇਵਿਸ਼ਾ ਸ਼ੈਟੀ ਦੇ ਨਾਲ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਪਹੁੰਚੇ। ਤਾਂ ਤੁਹਾਨੂੰ ਕਿਵੇਂ ਦੀ ਲੱਗੀ ਹੈ ਇਹਨਾਂ ਸਭ ਦੀ ਲੁਕਸ ਤਾਂ ਕਮੈਂਟ ਕਰਕੇ ਦੱਸੋ। T20 ਜਿੱਤਣ ਤੋਂ ਬਾਅਦ ਭਾਰਤੀ ਟੀਮ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚਿਆ, ਜਿਸ ਦੇ ਵਿੱਚ ਕਈ ਮਸ਼ਹੂਰ ਕ੍ਰਿਕਟ ਜਗਤ ਤੋਂ ਹਸਤੀਆਂ ਪਹੁੰਚੀਆਂ ਨੇ। ਦੱਸ ਦਈਏ ਕਿ ਜਿਸ ਦੇ ਵਿੱਚ ਕ੍ਰਿਕਟਰ ਹਾਰਦਿਕ ਪਾਂਡਿਆ, ਕਰੁਣਾਲ ਪਾਂਡਿਆ ਅਤੇ ਈਸ਼ਾਨ ਕਿਸ਼ਨ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉੱਥੇ ਦੂਜੇ ਪਾਸੇ ਭਾਰਤੀ ਕ੍ਰਿਕਟਰ ਸ਼੍ਰੇਯਸ ਅਈਅਰ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਏ। ਦੱਸ ਦਈਏ ਕਿ ਐਮ ਐਸ ਧੋਨੀ ਆਪਣੀ ਪਤਨੀ ਨਾਲ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ। ਉੱਥੇ ਦੂਜੇ ਪਾਸੇ ਕ੍ਰਿਕਟਰ ਸੂਰਿਆ ਕੁਮਾਰ ਯਾਦਵ ਆਪਣੀ ਪਤਨੀ ਦੇਵਿਸ਼ਾ ਸ਼ੈਟੀ ਦੇ ਨਾਲ ਅਨੰਤ ਰਾਧਿਕਾ ਦੇ ਸੰਗੀਤ ਸਮਾਰੋਹ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਪਹੁੰਚੇ। ਤਾਂ ਤੁਹਾਨੂੰ ਕਿਵੇਂ ਦੀ ਲੱਗੀ ਹੈ ਇਹਨਾਂ ਸਭ ਦੀ ਲੁਕਸ ਤਾਂ ਕਮੈਂਟ ਕਰਕੇ ਦੱਸੋ।